ਬਿਲਕੁਲ ਭਾਈ, ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਅਤੇ ਅੱਜ ਮੈਂ ਸਕੂਲ ਜਾ ਕੇ ਆਇਆ, ਫਿਲਹਾਲ 4 ਵੱਜ ਗਏ ਨੇ ਅਤੇ ਹੁਣ ਵਲੋਗ ਸ਼ੁਰੂ ਕੀਤਾ ਗਾ। ਫਿਲਹਾਲ ਤਾਂ ਮੈਂ ਸ਼ਟਰ ਚੱਕਦਾ ਅਤੇ ਦਿਖਾਉਂਦਾ ਤੁਹਾਨੂੰ। ਅਤੇ ਸ਼ਟਰ ਤਾਂ ਮੈਂ ਚੱਕਤਾ ਅਤੇ ਬਾਕੀ ਹੁਣ ਮੈਂ ਦੇਖਿਆ ਵੀ ਅੰਦਰ ਟਰੈਕਟਰ ਆਪਣਾ ਇੱਕੋ ਹੀ ਆ, ਯਾਨੀ ਕਿ ਫੋੜ ਗਿਆ ਹੋਇਆ। ਚਾਚਾ ਮੇਰਾ ਸਪਰੇਅ ਕਰਨ ਗਿਆ ਗਾ ਅਤੇ ਦੇਖਦੇ ਆਉਣ ਵਾਲੇ ਹੋਊਗਾ ਸ਼ਾਇਦ। ਅਤੇ ਗਾਈਜ਼, ਹੁਣ ਆਪਾਂ ਆ ਗਏ ਸੀਗੇ ਮੋਟਰ 'ਤੇ, ਪਿੱਛੇ ਤੁਸੀਂ ਦੇਖ ਸਕਦੇ ਆਪਣਾ ਫੋੜ ਖੜਾ ਗਾ ਅਤੇ ਬਾਕੀ ਸਪਰੇਅ ਕਰਨ ਲੱਗੇ ਸੀ। ਦਿਖਾਉਂਦਾ ਤੁਹਾਨੂੰ ਮੈਂ ਕਿਹੜੀ ਸਪਰੇਅ ਕਰ ਰਹੇ ਹਾਂਗੇ ਆਪਾਂ। ਆਹ ਦੇਖੋ ਤੁਸੀਂ, ਆਪਾਂ ਇਹ ਵੀਡੀਓ ਪੌਜ਼ ਕਰਕੇ ਪੜ੍ਹ ਲਿਓ ਅਤੇ ਆਹ ਵਾਲੀ ਸਪਰੇਅ ਕਰਦੇ ਹਾਂ ਆਪਾਂ। ਅਤੇ ਇੱਧਰ ਢੋਲਾਂ 'ਚ ਪਾਣੀ ਲੈ ਕੇ ਆਇਆ ਚਾਚਾ ਸੁਬਾਹ, ਅਤੇ ਬਾਕੀ ਆਪਣਾ ਫੋੜ ਦਿਖਾਉਣਾ ਤੁਹਾਨੂੰ ਮੈਂ ਇੱਕ ਵਾਰ ਉੱਧਰੋਂ। ਅੱਜ ਸੁਬਾਹ ਦਾ ਹੀ ਫੋੜ ਮੋਟਰ 'ਤੇ ਆ, ਤੁਸੀਂ ਦੇਖ ਸਕਦੇ ਹੋ ਬਾਕੀ। ਅਤੇ ਇਹਦਾ ਬੰਪਰ ਦੇਖੋ ਵੀ ਬਹੁਤ ਹੀ ਜ਼ਿਆਦਾ ਛੋਟਾ ਗਾ, ਘੱਟੋ ਘੱਟ 2 ਗਿੱਠਾਂ ਇਹਦੀ ਲੈਂਥ ਆ ਮੈਨੂੰ ਲੱਗਦਾ, ਜਿਵੇਂ ਬਾਹਲੀ ਨੇੜੇ ਜੇ ਆ। ਜੇ ਇਨ ਫਿਊਚਰ ਆਪਾਂ ਇਹਨੂੰ ਵੀ ਲੰਬਾ ਕਰਾਵਾਂਗੇ। ਇੱਧਰ ਦੇਖੋ ਤੁਸੀਂ ਬੇਲਾਂ, ਹੁਣ ਤਾਂ ਜਾਣੀ ਕਿ ਕਮਲਾ ਜੇ ਗਈਆਂ, ਜਾਣੀ ਕਿ ਹੁਣ ਬਸ ਖਤਮ ਹੀ ਆ ਕੰਮ, ਹੁਣੇ ਪੱਟਾਂਗੇ 10-20 ਦਿਨਾਂ 'ਚ। ਦੇਖਦਾ ਤੁਸੀਂ ਬਿਨਾਂ ਖਾਲੀਆਂ ਗਿੱਲੀਆਂ ਨੇ, ਨਹੀਂ ਆਪਾਂ ਪੱਟ ਲੈਂਦੇ। ਅਤੇ ਬਾਕੀ ਹੁਣ ਆਪਾਂ ਘਰ ਨੂੰ ਹੀ ਚੱਲਦੇ ਹਾਂ, ਬਸ ਇੰਨਾ ਕੀ ਦੇਖਣ ਆਏ ਸੀਗੇ। ਅਤੇ ਚਾਚੇ ਦਾ ਕਹਿੰਦੇ ਸੀਗੇ ਵੀ ਹੈ ਨਾ 5-6 ਪੰਪ ਰਹਿ ਗਏ, ਕਹਿੰਦਾ ਕਰਕੇ ਫਿਰ ਮੈਂ ਵੀ ਆਉਣਾ ਘਰ ਨੂੰ। ਅਤੇ ਗਾਈਜ਼ ਦੇਖ ਸਕਦੇ ਤੁਸੀਂ, ਮੈਂ ਘਰੇ ਆ ਗਿਆ ਸੀਗਾ। ਅਤੇ ਬਾਕੀ ਨਾ ਮੈਂ ਸੋਚਦਾ ਸੀ ਵੀ ਇੱਕ ਆਪਣੀ ਜਿਹੜੀ ਬਾਹਰ ਲਾਈਟ ਪਈ ਆ ਉਹਦਾ ਗਿਵ ਅਵੇ ਕਰੀਏ, ਇੱਕ ਵਾਰ ਤੁਹਾਨੂੰ ਮੈਂ ਬਾਹਰ ਲਾਈਟ ਦਿਖਾਉਣਾ ਗਾ। ਅਤੇ ਆਹ ਤੁਸੀਂ ਦੇਖ ਸਕਦੇ ਹੋ, ਜਿੱਦਾਂ ਕਾਫੀ ਲੰਬੀ ਆ ਅਤੇ ਮੈਨੂੰ ਇਹਦੀ ਲੈਂਥ ਦਾ ਪਤਾ ਨਹੀਂ। ਬਾਕੀ ਤੁਸੀਂ ਦੇਖ ਸਕਦੇ ਹੋ ਆਪਣੇ ਨਾ ਇਹ ਛਤਰੀ ਦੇ ਮੂਹਰੇ ਲੱਗੀ ਹੋਈ ਸੀ, ਆਪਾਂ ਲਾਤੀ ਸੀਗੀ ਕਿਉਂਕਿ ਆਪਾਂ ਲਾਉਣੀ ਸੀ ਸਕਰੀਨ, ਇਸ ਕਰਕੇ ਇਹਦਾ ਵਾਵਾ ਗਿਵ ਅਵੇ ਕਰਾਂਗੇ 50K 'ਤੇ। ਇਸ ਕਰਕੇ ਜਲਦੀ ਤੋਂ ਜਲਦੀ 50K ਕੰਪਲੀਟ ਕਰੋ। ਅਤੇ ਇਹ ਨਾ ਜਿਵੇਂ ਕਰ ਵਾਲੀ ਹੈਗੀ ਸਿੱਧੀ ਨਹੀਂ ਹੈ ਹੈਗੀ, ਅਤੇ ਇਹਦੇ ਉਰੇ ਥੋੜ੍ਹਾ ਜਿਹਾ ਬਸ ਡੈਂਟ ਜਾਇਆ ਹੋਇਆ ਗਾ, ਬਾਕੀ ਇਹ ਸਾਰੀ ਸਹੀ ਆ, ਵਰਕਿੰਗ ਕੰਡੀਸ਼ਨ 'ਚ ਆ। ਅਤੇ ਇਹਦੇ ਉੱਤੇ ਆ ਸਮੋਕ ਟੇਪ ਹੋਈ ਹੋਈ ਹੈ, ਮੈਂ ਤੁਹਾਨੂੰ ਇੱਕ ਵਾਰ ਲਾ ਕੇ ਦਿਖਾ ਦਿੰਦਾ। ਆਹ ਦੇਖੋ ਤੁਸੀਂ, ਜਮਾਂ ਨਵੀਂ ਪਈ ਹੈਗੀ ਅਤੇ ਮੈਂ ਜਾਣੀ ਕਿ ਚਲਾਈ ਤਾਂ ਇਹ ਘੱਟ ਹੀ ਆ। ਅਤੇ ਇਹਨੂੰ ਆਪਾਂ ਕਰਾਂਗੇ 50K 'ਤੇ ਗਿਵ ਅਵੇ, ਇਸ ਕਰਕੇ ਆਪਣੇ ਜਲਦੀ ਜਲਦੀ 50K ਕੰਪਲੀਟ ਕਰ। ਹੁਣ ਮੈਂ ਚੱਲਿਆ ਸੀਗਾ ਆਪਣੇ ਟਰੈਕਟਰ ਦੇ ਜਿਹੜੇ ਸਟੀਕਰ ਨੇਗੇ ਇਹ ਸਮੋਕ ਕਰਾਉਣ, ਅਤੇ ਤੁਹਾਨੂੰ ਦਿਖਾਉਣਾ ਹੈਗਾ ਵੀ ਕਿੱਦਾਂ ਇਹ ਲੁੱਕ ਬਣ ਕੇ ਆਉਂਦੀ ਆ। ਚਲੋ ਫਿਰ ਆਪਾਂ ਚੱਲਦੇ ਹਾਂ ਸੰਦੌੜ, ਉੱਥੇ ਕਰਾਵਾਂਗੇ। ਅਤੇ ਇਹਨੂੰ ਹੁਣ ਮੈਂ ਸਾਈਡ 'ਤੇ ਰੱਖਦਾ ਸਾਂਭ ਕੇ, ਕਿਉਂ ਚੱਲਦੇ ਹਾਂ ਟਰੈਕਟਰ ਸਟਾਰਟ ਕਰ ਲਈਏ। ਮੈਂ ਟਰੈਕਟਰ ਸਟਾਰਟ ਕਰਨ ਲੱਗਿਆ ਸੀ ਬਟ ਮੈਂ ਭੁੱਲ ਗਿਆ ਵੀ ਇਹਨਾਂ ਚਾਬੀ ਤਾਂ ਅੰਦਰ ਹੀ ਪਈ ਆ। ਲਓ ਜੀ ਚੱਕ ਲਿਆ ਚਾਬੀ, ਮੈਂ ਕਰ ਲਈਏ ਕਰਾਂ ਸਟਾਰਟ, ਬਾਏ। ਅਤੇ ਗਾਈਜ਼ ਤੁਸੀਂ ਦੇਖ ਸਕਦੇ ਹੋ ਮੈਂ ਹਨੀ ਕੋਲ ਪਹੁੰਚ ਗਿਆ ਸੀਗਾ। ਇੱਧਰਾਂ ਦੇਖ ਲਓ ਤੁਸੀਂ, ਟੇਪ ਟੂਪ ਜੀ ਕੱਟਣ ਲੱਗਿਆ ਹੋਇਆ ਗਾ। ਅਤੇ ਬਾਕੀ ਇੱਧਰਾਂ ਮੁੰਡੇ ਆਏ ਹੋਏ ਸੀਗੇ, ਤੁਹਾਨੂੰ ਮੈਂ ਦਿਖਾਉਣਾ ਹੈਗਾ ਪ੍ਰੀਤ ਟਰੈਕਟਰ। ਦੇਖੋ ਤੁਸੀਂ ਆਹ ਬਾਈ ਹੋਣਾ ਨੇ ਯਾਨੀ ਕਿ ਸਲਾਂਸਰ ਸਾਈਡ 'ਤੇ ਨੂੰ ਕੱਢਿਆ ਹੈਗਾ, ਅਤੇ ਇਹ ਬੁਲਟ ਦਾ ਸਲਾਂਸਰ ਆ ਨਾ ਜੀ, ਇਹ ਬੁਲਟ ਦਾ ਸਲਾਂਸਰ ਆ, ਤੁਸੀਂ ਦੇਖ ਸਕਦੇ ਹੋਗੇ ਬਾਕੀ। ਅਤੇ ਹੋਰ ਬਹੁਤ ਕੁਛ ਰਿਹਾ ਟਰੈਕਟਰ 'ਚ, ਕਰੋ ਚੈੱਕ ਇੱਕ ਵਾਰ। ਅਤੇ ਆਪਣੇ ਵਾਲੇ ਦੇ ਆਪਾਂ ਕੀ ਕਰਾਉਣਾ, ਆਪਣੇ ਵਾਲੇ ਕਰਾਉਣਾ ਆਪਾਂ ਜਿਹੜੇ ਆ ਸਟੀਕਰ ਨੇ ਨਾ ਸਮੋਕ ਕਰਾਉਣੇ ਹੈਗੇ, ਇਹ ਆਹ ਵੀ ਸਮੋਕ ਕਰਾਵਾਂਗੇ, ਜਿਹੜਾ ਵੀ ਯੈਲੋ ਪਾਰਟ ਆ ਉਹ ਸਮੋਕ ਕਰਾਉਣਾ ਗਾ। ਅਤੇ ਹੋਰ ਵੀ ਦੇਖਾਂਗੇ ਜੇ ਕੋਈ ਚੀਜ਼ ਲਿਖਾਉਣੀ ਹੋਈ ਤਾਂ ਲਿਖਾਵਾਂਗੇ। ਅਤੇ ਆਹ ਚੀਜ਼ ਕਰੋ ਤੁਸੀਂ ਚੈੱਕ, ਸਟਾਰਟ ਕਰਕੇ ਦਿਖਾਏਗਾ ਬਾਈ। ਅਤੇ ਹੁਣ ਤੁਹਾਨੂੰ ਬਾਈ ਹੋਣੀ ਇੱਕ ਵਾਰ ਸਟਾਰਟ ਕਰਕੇ ਦਿਖਾਉਣਗੇ, ਅਤੇ ਵੀ ਆ ਘੁੰਮਦਾ ਵੀ ਆ ਸਟਾਰਟ ਕਰੇ ਤੇ ਕਰੀ ਬਾਈ। ਦੇਖੋ ਤੁਸੀਂ ਨਹੀਂ ਬਾਈ ਰੇਸ, ਇੱਧਰ ਹੁਣ ਦੇਖ ਲਓ ਤੁਸੀਂ ਹਨੀ ਸਟਿੱਕਰ ਲਾਉਣ ਲੱਗਿਆ ਹੋਇਆ ਹੈਗਾ, ਅਤੇ 2 ਟ੍ਰੇਨ ਹੋਰਨ ਲੱਗਿਆ ਇੱਧਰ ਬੈਟਰੀ ਬਾਕਸ 'ਤੇ, ਅਤੇ ਇਹਦੀਆਂ ਪੈਪਾਂ ਮਤਲਬ ਵੀ ਥੱਲੇ ਲੱਗੀ ਹੋਊਗੀ ਮੋਟਰ ਸ਼ਾਇਦ। ਅਤੇ ਆਹ ਲਾਈਟਾਂ ਵੀ ਆਪਣੀਆਂ ਤਿਆਰ ਕੀਤੀਆਂ ਹੋਈਆਂ ਨੇਗੀਆਂ, ਇਹਦੇ ਜੇ ਵਿੱਚ ਪ੍ਰੋਜੈਕਟਰ ਪਾ ਕੇ ਆਲੇ ਦੇ ਉਹ ਸਟ੍ਰਿਪ ਜੀ ਲਾਈ ਹੋਈ ਆ, ਅਤੇ ਆਪਾਂ ਤਾਂ ਹੁਣ ਜਾਣੀ ਕਿ ਚੇਂਜ ਕਰਤੀ ਹਾਂ। ਅਤੇ ਹੁਣ ਵੀ ਆਪਾਂ ਮਿੱਤਰੋ ਜਿਹੜਾ ਇਸ 'ਤੇ ਇੰਸਟਾਗ੍ਰਾਮ ਦਾ ਲੋਗੋ ਲੱਗਿਆ ਹੋਇਆ ਸੀ ਨਾ, ਉਹ ਛੋਟਾ ਜਿਹਾ ਬਾਹਲਾ ਸੀਗਾ, ਅਤੇ ਆਹ ਵੱਡਾ ਲੈ ਆਉਂਦਾ ਆਪਾਂ, ਇਹ ਉਹਦੇ 'ਚ ਪ੍ਰਿੰਟਰ 'ਚ ਕੱਢਿਆ ਹੈਗਾ, ਅਤੇ ਹੁਣ ਇਹ ਲਾਉਣ ਲੱਗਿਆ ਉਰੇ ਦੇਖ ਲਓ ਤੁਸੀਂ ਇੱਦਾਂ।
ਇਹਦੇ ਪਿੱਛੇ ਇੱਕ ਟੇਪ ਜੀ ਹੁੰਦੀ ਹੈ ਗੂੰਜ ਜੀ, ਉਹ ਲਾ ਕੇ ਤੇ ਇਹਨੂੰ ਮੈਂ ਲਾਉਣਾ ਗਾ। ਤੇ ਗਾਇਸ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰਾਮ ਦਾ ਲੋਗੋ ਆਪਾਂ ਲਾਤਾ, ਤੇ ਹੁਣ ਆਹ ਸਟਿੱਕਰ ਕਰਦੇ ਹਾਂ ਬਲੈਕ। ਇਹ ਆਹ ਟਰੈਕਟਰ ਦਾ ਕੰਮ ਚੱਲ ਰਿਹਾ ਸੀਗਾ ਤਾਂ ਕਰਕੇ ਲੇਟ ਹੋ ਗਏ, ਥੋੜ੍ਹਾ ਜਿਹਾ ਹਨੇਰਾ ਵੀ ਹੋ ਗਿਆ, ਤੁਸੀਂ ਚੈੱਕ ਕਰ ਸਕਦੇ ਹੋਗੇ। ਚਲੋ ਮਿੱਤਰੋ ਹੁਣ ਆਪਣੀਆਂ ਸਮੋਕ ਟਿਪ ਲੱਗਣ ਲੱਗੀ ਆ, ਤੁਸੀਂ ਦੇਖ ਸਕਦੇ ਹਾਂਗੇ ਤੇ ਲੁੱਕ ਚੈੱਕ ਕਰੋ। ਬਾਕੀ ਤੁਹਾਨੂੰ ਮੈਂ ਦਿਨੇ ਵੀ ਲੁੱਕ ਦਿਖਾਊਂਗਾ, ਕੱਲ੍ਹ ਤਾਂ ਫਿਲਹਾਲ ਸਕੂਲ ਜਾਣਾ ਗਾ ਅਤੇ ਲਾਈਟ ਲਾ ਕੇ ਦਿਖਾਵਾਂਗੇ ਘਰੇ ਜਾ ਕੇ। ਇੱਦਾਂ ਤੁਸੀਂ ਦੇਖ ਸਕਦੇ ਹਾਂ, ਹਜੇ ਤਾਂ ਇਹਦੇ ਉੱਤੇ ਇੱਕ ਹੋਰ ਟੇਪ ਹੁੰਦੀ ਆ, ਉਹ ਵੀ ਲੈਣੀ ਹੈਗੀ। ਅਤੇ ਕਰੋ ਚੈੱਕ, ਕਟਿੰਗ ਵੀ ਹੋਊਗਾ ਨਾ ਜੀ, ਜਿੱਦਾਂ ਜਾਣੀ ਕਿ ਜਿੱਥੇ ਇੱਥੇ ਸਟਿੱਕਰ ਆ ਉੱਥੇ ਉੱਥੇ ਰਹਿਣੀ ਹੈ ਟੇਪ। ਦੇਖੋ ਹੁਣ ਆਪਾਂ ਇੱਕ ਹੋਰ ਸ਼ੁੱਭ ਕੰਮ ਕਰਨ ਲੱਗੇ ਹਾਂ, ਇਹਦੇ ਉੱਤੇ ਜਿਹੜੀ ਆ ਫਿਲਮ ਜੀ ਹੁੰਦੀ ਆ, ਲਓ ਵੀ ਲੈ ਗਈ। ਹੁਣ ਦੇਖੋ ਤੁਸੀਂ ਇਹਦਾ ਰਹਿੰਦਾ, ਇਹ ਤਾਂ ਕਟਿੰਗ ਹੋਣੀ ਆ, ਫਿਰ ਦੇਖੋ ਤੁਸੀਂ ਕਿੰਨਾ ਬੰਬ ਲੱਗੂਗਾ। ਅਤੇ ਹੁਣ ਆਹ ਦੂਸਰੀ ਸਾਈਡ ਵੀ ਲੱਗ ਰਿਹਾ, ਤੁਸੀਂ ਦੇਖ ਸਕਦੇ ਹਾਂਗੇ। ਅਤੇ ਆਹ ਬਬਲ ਜੇ ਹੈਗੇ, ਆਪਾਂ ਮਤਲਬ ਇਹਦੇ ਨਾਲ ਟੱਕ ਜਿਹਾ ਲਾ ਕੇ ਕੱਢ ਦਾਂਗੇ, ਇਹ ਆਪਾਂ ਇਹਦੇ ਨਾਲ ਚੱਕੇ ਜੇ ਜਾਣੀ ਕਿ ਇਹਨੂੰ ਫਿਰ ਕੱਢ ਦਾਂਗੇ। ਅਤੇ ਤੁਸੀਂ ਇੱਧਰ ਚੈੱਕ ਕਰੋ, ਹਜੇ ਇਹ 'ਤੇ ਵੀ ਲੱਗਣੀ ਹੈਗੀ, ਪੂਰੀ ਪੂਰੀ ਵਧੀਆ ਵਧੀਆ ਕਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ। ਅਤੇ ਆਹ ਤੁਸੀਂ ਦੇਖ ਸਕਦੇ ਹੋ, ਇਹ 'ਚ ਆਪਾਂ ਚੱਕ ਕੇ ਬਬਲ ਜੇ ਕੱਢਤੇ, ਦੇਖੋ ਹੁਣ ਤੁਸੀਂ ਸੈੱਟ ਹੋ ਗਿਆ ਕੰਮ, ਹੁਣ ਸਹੀ ਲੱਗਦਾ। ਅਤੇ ਆਹ ਤੁਸੀਂ ਚੈੱਕ ਕਰ ਸਕਦੇ ਹੋ, ਪੂਰਾ ਪਰਫੈਕਸ਼ਨ 'ਚ ਕੰਮ ਹੋ ਰਿਹਾ, ਦੇਖੋ ਕਰੋ ਚੈੱਕ। ਅਤੇ ਗਾਇਸ ਤੁਸੀਂ ਦੇਖ ਸਕਦੇ ਹੋ ਆਪਣੀ ਨਾ ਕਟਿੰਗ ਹੋ ਗਈ ਸਟਿੱਕਰ ਦੀ, ਅਤੇ ਹੁਣ ਤੁਹਾਨੂੰ ਇੱਕ ਵਾਰ ਲਾ ਕੇ ਦਿਖਾਉਂਦੇ ਹਾਂ, ਦੇਖੋ ਕਿਉਂ ਵੀ ਲਓ ਜੀ, ਕਰੋ ਚੈੱਕ, ਦੇਖੋ ਲੈ ਗਿਆ ਤੁਸੀਂ, ਕਿਉਂਕਿ ਪੂਰਾ ਪੂਰਾ ਪਰਫੈਕਸ਼ਨ 'ਚ ਕੰਮ ਹੋ ਰਿਹਾ। ਦੇਖੋ ਇਹਦੇ 'ਤੇ ਵੀ ਲੱਗਣਾ ਰਹਿ ਗਿਆ, ਉਹਤੇ ਵੀ ਰਹਿ ਗਿਆ, ਬਸ ਆਹ ਦੋ ਚੀਜ਼ਾਂ ਰਹਿ ਗਈਆਂ। ਅਤੇ ਗਾਇਸ ਆਹ ਤੁਸੀਂ ਦੇਖ ਸਕਦੇ ਹੋ ਆਪਣੀ, ਇੱਧਰ ਤਾਂ ਸਾਰੇ ਟੇਪ ਹੋ ਗਈ ਅਤੇ ਇਹਦੇ 'ਤੇ ਬਸ ਕਟਿੰਗ ਰਹਿ ਗਈ। ਕਮੈਂਟ ਕਰਕੇ ਦੱਸਿਓ ਵੀ ਇੱਦਾਂ ਜ਼ਿਆਦਾ ਜੱਚਦਾ ਜਾਂ ਆਪਾਂ ਹੁਣ ਕਟਿੰਗ ਕਰਾਂਗੇ ਉਦੋਂ ਜ਼ਿਆਦਾ ਜੱਚਦਾ, ਤੁਸੀਂ ਕਮੈਂਟ ਕਰਕੇ ਦੱਸਿਓ। ਬਾਕੀ ਆਹ ਕੱਟ ਦਿਆਂਗੇ ਇਹਦੇ ਵਿੱਚੋਂ ਆ ਗ੍ਰੀਨ ਜਿਹਾ ਕੱਢਣਾ ਗਾ ਆਪਾਂ, ਅਤੇ ਇਹ ਵੀ ਸਾਰੀ ਪੂਰੀ ਵਧੀਆ ਜਿੱਦਾਂ ਇਹ ਹੈਗਾ ਗਾ ਲੋਗੋ ਉੱਦਾਂ ਹੀ ਕੱਟਣਾ, ਜਿੱਥੇ ਇੱਥੇ ਯੈਲੋ ਅਤੇ ਬਲੈਕ ਆ ਗਈ ਉੱਥੇ ਉੱਥੇ ਕਟਿੰਗ ਹੋਣੀ ਆ, ਬਾਕੀ ਗ੍ਰੀਨ ਆਪਣਾ ਉੱਦਾਂ ਹੀ ਰਹਿ ਜਾਣਗਾ, ਉੱਦਾਂ ਹੀ ਦਿਸੂਗਾ। ਅਤੇ ਗਾਇਸ ਜਿੱਦਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਹੈ ਨਾ, ਆਪਾਂ ਉੱਤੋਂ ਉੱਤੋਂ ਦਾ ਸਾਰਾ ਆਲੇ ਦੁਆਲੇ ਕੱਟ ਲਿਆ, ਬਟ ਆਪਾਂ ਵਿੱਚੋਂ ਨਹੀਂ ਇਹਦੇ ਕੱਢਦੇ ਹੈਗੇ ਕਿਉਂਕਿ ਇੱਦਾਂ ਹੀ ਸੋਹਣਾ ਲੱਗਦਾ ਗਾ। ਅਤੇ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ, ਤੁਹਾਡੇ 'ਤੇ ਛੱਡਤਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਗਾ। ਅਤੇ ਇੱਕ ਵਾਰੀ ਤੁਹਾਨੂੰ ਮੈਂ ਸਾਰੀ ਓਵਰਵਿਊ ਦਿੰਦਾ, ਤੁਸੀਂ ਚੈੱਕ ਕਰੋ ਅਤੇ ਬਸ ਉਤਲੀ ਸਾਈਡ ਵੀ ਸੇਮ ਹੋ ਜਾਵੇ, ਫਿਰ ਆਪਾਂ ਚੱਲਦੇ ਹਾਂ ਘਰ ਨੂੰ ਕਿਉਂਕਿ ਹਨੇਰਾ ਵਾਲਾ ਹੋ ਗਿਆ। ਦੇਖ ਲਓ ਤੁਸੀਂ, ਮੈਨੂੰ ਕਾਫੀ ਟਾਈਮ ਹੋ ਗਿਆ ਇਹਨੂੰ। ਅਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਨਾ, ਨਾ ਆਪਣਾ ਔਰ ਲੈ ਗਿਆ ਸੀ ਜੀ, ਮੈਂ ਪਿਛਲੇ ਵੀਡੀਓ 'ਚ ਵਿੱਚ ਦਿਖਾਇਆ ਸੀਗਾ, ਇਹ ਹੁਣ ਆਪਾਂ ਦੁਬਾਰੇ ਲਾਉਣ ਲੱਗਿਆ ਲਾ ਕੇ। ਆਹ ਦੇਖ ਲਓ ਤੁਸੀਂ, ਮੈਂ ਪੀਸ ਕੱਟ ਲਿਆ ਸੀਗਾ ਅਤੇ ਹੁਣ ਆਹ ਬਾਈ ਲਾ ਦੂਗਾ, ਦੇਖੋ ਤੁਸੀਂ ਆਹ ਵੀ ਕੱਟ ਲਿਆ, ਅਸੀਂ ਨਾਲ ਹੈਲਪ ਕਰਾ ਦੇਈਦੀ ਆ, ਤੁਸੀਂ ਇੱਦਾਂ ਲੱਗ ਜਾਣਾ ਇਹਦੇ 'ਤੇ ਹੁਣ। ਅਤੇ ਹੁਣ ਹੋਰ ਤਾਂ ਕੁਛ ਆਪਾਂ ਕਰਾਉਣਾ ਨਹੀਂ ਸੀ, ਅਤੇ ਇੰਨਾ ਕੀ ਸੀਗਾ ਯਾਰ। ਅਤੇ ਗਾਇਸ ਹੁਣ ਆਪਾਂ ਇੱਕ ਪੀ ਸੀ ਆਰ ਚੈੱਕ ਕਰ ਰਹੇ ਸੀਗੇ, ਆਹ ਦੇਖੋ ਤੁਸੀਂ ਚੰਨ ਬਹੁਤ ਇਹਦਾ 500 ਰੇਟ ਆ ਬਾਈ, ਦੇਖਣਾ ਦੇਖਣਾ ਪੈਣਾ ਅਤੇ ਦੇਖਦੇ ਹਾਂ ਤੁਹਾਨੂੰ ਵੀ ਦੱਸ ਦਿਆ ਕਿੰਨਾ ਪ੍ਰਾਈਜ਼ ਇਹਦਾ। ਪ੍ਰਾਈਜ਼ ਤੁਹਾਨੂੰ ਆਪਾਂ ਬਾਅਦ 'ਚ ਦੱਸਦੇ ਹਾਂ, ਇੱਕ ਵਾਰ ਤੁਹਾਨੂੰ ਆਪਾਂ ਚਲਾ ਕੇ ਉਹ 'ਚ ਹੈਗਾ ਪਲੱਗ ਟਰੈਕਟਰ 'ਚ, ਹਾਂ ਉਹ 'ਚ ਚਲਾ ਕੇ ਦੇਖਦੇ ਹਾਂ, ਆਹਦੇ ਉੱਪਰ ਹੀ ਹੈਗਾ ਇੱਥੇ ਬਾਈ, ਚਾਬੀ ਲਾ ਲਈ ਮੈਂ ਇਹਦੇ ਨਹੀਂ, ਇੱਥੋਂ ਨਹੀਂ ਕੁਛ ਚੱਲਦਾ ਇੱਥੇ ਹੀ, ਉਹ ਚਾਬੀ ਲਾਉਣ ਵਾਲੀ ਆ। ਅਤੇ ਹੁਣ ਤੁਹਾਨੂੰ ਆਪਾਂ ਚਲਾ ਕੇ, ਓ ਹੋ ਹੋ ਕਿਆ ਬਾਤ ਹੈ, ਅੱਖਾਂ 'ਚ ਵਾਹਲੀ ਪੈਂਦੀ ਆ ਪ੍ਰਧਾਨ, ਉਹ ਦੇਖੋ ਤੁਸੀਂ ਕਿੱਥੇ ਤੱਕ ਜਾਂਦੀ ਆ, ਚੱਕੋ ਜੀ ਹੈ ਨਾ, ਤੇਜ਼ ਵਾਹਲੀ ਆ ਨਾ। ਇੱਕ ਵਾਰ ਰੱਖੀਏ ਇੱਥੇ ਪ੍ਰਧਾਨ, ਮਾੜਾ ਜਿਹਾ ਆਪਾਂ ਚੈੱਕ ਕਰੀਏ ਇੱਥੇ, ਇੱਦਾਂ ਇੱਦਾਂ, ਹਾਂ ਇੱਦਾਂ ਰੱਖੀ, ਫੜ ਜਾਓ ਤੁਹਾਨੂੰ ਮੈਂ ਮੂਹਰੋਂ ਦਿਖਾਉਣਾ, ਕਿਆ ਬਾਤ ਹੈ ਵਾਹਲੀ ਚਮਕਦੀ ਆ। ਆਹ ਦੇਖੋ ਤੁਸੀਂ ਇੱਧਰ ਕਿੱਥੇ ਤੱਕ ਜਾਂਦੀ ਆ, ਖੰਭਿਆਂ ਖੁੰਭਿਆਂ 'ਤੇ ਪੈਂਦੀ ਆ, ਅੱਜ ਤਾਂ ਮੈਂ ਮੂਹਰੇ ਖੜਾ ਸੀ, ਦੇਖੋ ਤੇਜ਼ ਵਾਹਲੀ ਆ। ਪ੍ਰਾਈਜ਼ ਬਾਈ ਕਿੰਨਾ ਕੁ ਯਾਰ ਇਹਦਾ? ਓਕੇ ਓਕੇ, ਮਹਿੰਗੀ ਆ ਫਿਰ ਤਾਂ ਨਾ। ਅਤੇ ਗਾਈਜ਼ ਹੁਣ ਆਪਾਂ ਇੱਕ ਆਹ ਖਰੀਦ ਲਈ, ਤੁਸੀਂ ਦੇਖ ਸਕਦੇ ਹੋ ਆਪਾਂ ਨਵੀਂ ਜੀ, ਦੇਖ ਲਓ ਤੁਸੀਂ ਕੱਢ ਲਈ ਇੱਕ, ਇਹ ਦੇਖੋ ਚੈੱਕ ਕਰੋ, ਜਮਾਂ ਨਵੀਂ ਆ, ਉਹ ਤਾਂ ਬਾਹਰ ਚੱਲੀ ਜਾਂਦੀ ਹੈਗੀ ਜਿਹੜੀ ਉਹ ਸ਼ੋਅ 'ਤੇ ਰੱਖੀ ਸੀਗੀ, ਉਹ ਵੀ ਪਈ ਸੀ ਬਾਈ ਕੋਲ, ਡੈਮੋ ਮਾਡਲ ਪਿਆ ਸੀਗਾ,
ਤੇ ਆਹ ਤੁਸੀਂ ਇਹਦਾ ਫਿਟਿੰਗ ਆ ਗਈ, ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰ। ਬਾਈ ਨੇ ਆਪਾਂ ਨੂੰ ਤਾਂ ਰੇਟ ਥੋੜ੍ਹਾ ਜਿਹਾ ਘੱਟ ਲਾਇਆ ਗਾ, ਮਤਲਬ ਲੈਸ ਕਰ ਸਕਦੇ ਨੇ ਜੇ ਤੁਸੀਂ ਮੇਰਾ ਨੇਮ ਲੈ ਕੇ ਆਓਗੇ ਤੁਹਾਨੂੰ ਲੈਸ ਕਰ ਦੇਣਗੇ ਨਾ ਜੀ। ਹਾਂਜੀ ਹਾਂਜੀ, ਤੇ ਇਹਨੂੰ ਹੁਣ ਆਪਾਂ 3M ਟੇਪ ਨਾਲ ਲਾਉਂਦੇ ਹਾਂ ਕਿ ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਇਹ ਪੱਤੀ ਆ ਗਈ ਜਿਹੜੀ ਤੁਹਾਨੂੰ ਮੈਂ ਦਿਖਾਉਣਾ ਹੈਗਾ, ਆਪਣੇ ਨਾਲ ਦੇ ਪਹਿਲਾਂ ਜਿਹੜੀ ਲੱਗੀ ਹੋਈ ਸੀਗੀ ਉਹ ਯਾਰ ਮਤਲਬ ਵੀ ਠੀਕ ਜੀ ਨਹੀਂ ਹੈਗੀ ਸੀਗੀ, ਉਹ ਖਰਾਬ ਜੀ ਹੋ ਗਈ ਸੀਗੀ, ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਸੀ ਜਦੋਂ ਖਰਾਬ ਬਿਨਾਂ ਪੱਤੀ ਤੋਂ ਫਿਰ ਉਹ ਲੈ ਨਾ ਜਾਵੇ ਉਹ ਬੈਂਗਾ ਨਾ ਇਹਦੇ ਚ ਸ਼ੋਅ ਚ ਬੈਂਗਾ ਡਬਲ ਕਰ ਦਿੰਦੇ ਆ 40 ਸਿੰਗਲ ਲਾ ਦਿੰਦੇ ਪੀਸ ਆ ਪੱਤੀ ਫਿੱਟ ਕਰ ਦਿੰਦੇ ਆਪਾਂ ਪੱਤੀ ਹਾਂ ਨਾਲੇ ਪੱਤੀ ਚ ਬੈਂਡ ਪੈ ਜੂਗਾ ਇਹ ਤੁਹਾਨੂੰ ਫਿੱਟ ਕਰਕੇ ਦਿਖਾਉਂਦੇ ਆ ਹਾਂ ਪੱਤੀ ਚ ਆਪਾਂ ਉਹ ਕਰ ਦਿਆਂਗੇ ਜਾਨੀ ਕਿ ਇਹਦੇ ਤੇ ਸਤਰੀਆਂ ਲਾਉਣੇ ਆ ਸਾਰੀ ਥੱਲੇ ਤੇ ਸਤਰੀਆਂ ਲਾ ਕੇ ਫਿੱਟ ਕਰਦੇ ਆ ਦੇਖੋ ਤੁਸੀਂ ਹੁਣ ਆਪਣੀ ਇਹਦੇ ਚ ਪੱਤੀ ਕਸੀ ਆ ਰਹੀ ਆ PCR ਦੇ ਵਿੱਚ ਤੇ ਕਸ ਕੇ ਤੇ ਫਿਰ ਆਪਾਂ ਇਹਦਾ ਥੱਲੇ ਲਾਵਾਂਗੇ 3M ਆ ਪਈ ਆਪਣੀ ਦੇਖੋ ਤੁਸੀਂ ਇਹ ਜਾਨੀ ਕਿ ਟੇਪ ਆ ਨਾ ਜਿਹੜੀ 3M ਬਹੁਤ ਫੇਮਸ ਟੇਪ ਆ ਤੇ ਇਹ ਨਾ ਛੇਤੀ ਲੈਂਦੀ ਨਹੀਂ ਗੀ ਬਹੁਤ ਮਜ਼ਬੂਤੀ ਨਾਲ ਦੇਖ ਲਓ ਤੁਸੀਂ ਲਾਈਟ ਨੂੰ ਫੜ ਕੇ ਰੱਖਦੀ ਆ ਤੇ ਬਾਕੀ ਆਪਾਂ ਜਿਹੜੀ ਥੱਲੇ ਲਾਈਟਾਂ ਲਾਈਆਂ ਨੇ ਉਹ ਵੀ ਆਪਾਂ ਆਹੀ ਟੇਪ ਨਾਲ ਦੁਬਾਰਾ ਚੇਂਜ ਕਰਕੇ ਲਾਵਾਂਗੇ ਮੈਂ ਤੁਹਾਨੂੰ ਪੱਕਾ ਇਹ ਰਿਕਮੈਂਡ ਕਰ ਦਾਂਗਾ ਵੀ ਤੁਸੀਂ ਆਹ ਟੇਪ ਯੂਜ਼ ਕਰੋ ਆਹ ਦੇਖ ਲਓ ਤੁਸੀਂ ਇਹ ਤੇ ਆ ਗਈ ਆਪਣੀ 3M ਤੇ ਆਹ ਦੇਖੋ ਤੁਸੀਂ ਇੱਦਾਂ ਲੱਗ ਜਾਣੀ ਹੈ ਅਤੇ ਆਪਣੀ 3M ਤਾਂ ਇਹਦੇ 'ਤੇ ਲੱਗ ਗਈ ਅਤੇ ਹੁਣ ਇਹਨੂੰ ਆਪਾਂ ਇੱਥੋਂ ਜਦੋਂ ਸਾਈਡ ਤੋਂ ਨਾ ਲਾਉਂਦੇ ਹੁੰਦੇ ਹੈਗੇ ਅਤੇ ਬਾਈ ਲਾਹੂਗਾ ਯਾਰ ਮੇਰੇ ਤਾਂ ਨਾਉਂ ਜੇ ਨਹੀਂ ਹੈਗੇ ਅਤੇ ਦੇਖੋ ਤੁਸੀਂ ਲਾਓ ਜੀ ਆਹ ਲੈ ਗਈ ਅਤੇ ਇਹ ਦੂਜੀ ਵੀ ਲੈ ਗਈ ਇਹ ਤੁਸੀਂ ਦੇਖ ਸਕਦਾ ਅਤੇ ਹੁਣ ਆਪਾਂ ਇਹਨੂੰ ਪੂਰਾ ਸੈਂਟਰ ਲੈ ਕੇ ਨਾ ਬਸ ਉੱਥੇ ਪ੍ਰੈਸ ਕਰ ਦਾਂਗੇ ਅਤੇ ਬਸ ਹੋਰ ਜ਼ਿਆਦਾ ਕੋਈ ਕੰਮ ਨਹੀਂ ਕਰਨਾ ਹੈਗਾ ਪਹਿਲਾਂ ਮੇਰਾ ਕੱਚਾ ਜਿਹਾ ਕੰਮ ਕੀਤਾ ਸੀ ਪਹਿਲਾਂ ਮੈਂ ਫੈਵਿਕਵਿਕ ਲਾਤੀ ਸੀਗੀ ਅਤੇ ਗਾਈਜ਼ ਅਸੀਂ ਫਿੱਟ ਕਰਨ ਲੱਗੇ ਸੀਗੇ ਸਾਤੋਂ ਨਾ 3M ਟੇਪ ਖਰਾਬ ਹੋ ਗਈ ਇਹ ਜਾਣੀ ਕਿ ਹੈ ਨਾ ਬਾਈ ਤੋਂ ਸੈਂਟਰ ਨਹੀਂ ਹੋਇਆ ਸੀਗਾ ਜਦੋਂ ਦੁਬਾਰਾ ਚੱਕਣ ਲੱਗੇ ਤਾਂ ਉਹ 3M ਟੇਪ ਨਾਲ ਹੀ ਰਹਿ ਗਈ ਇਹੀ ਇਹਦਾ ਦੇਖ ਲਓ ਬੈਨੀਫਿਟ ਆ ਤੂੰ ਵੀ ਹੈ ਨਾ ਕਿੰਨਾ ਜ਼ਿਆਦਾ ਮਜ਼ਬੂਤੀ ਨਾਲ ਚਿਪਕ ਜਾਂਦੀ ਹੈਗੀ ਇਹ ਮਾੜੀ ਜੀ ਨਾਲੇ ਨਾਲ ਟੱਚ ਹੋਈ ਸੀਗੀ ਜਦੀ ਜਿਹਨੇ ਆਪਦੀ ਪੂਰੀ ਪਕੜ ਕਰ ਲਈ ਹੁਣ ਅਸੀਂ ਦੁਬਾਰੇ ਲਾਉਂਦੇ ਹਾਂ ਛੋਟਾ ਜਿਹਾ ਟੋਟਾ ਇੱਥੇ ਅਸੀਂ ਇੰਨੀ ਕੁ ਵੱਢਤੀ ਸੀਗੀ ਫਿਰ ਮੈਂ ਸਾਈਡ 'ਤੇ ਖੜਾ ਸੀ ਕਹਾਣੀ ਸੈਂਟਰ ਹਾਂ ਨਾਲੇ ਸਾਈਡ 'ਤੇ ਖੜਾ ਹੁਣ ਸੀਟ 'ਤੇ ਬਹਿ ਕੇ ਬਾਈ ਫੇਰ ਫਿੱਟ ਕਰੂਗਾ ਅਤੇ ਲਓ ਵੀ ਦੁਬਾਰੇ ਟੇਪ ਲਾ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂਗੇ ਪਹਿਲਾਂ ਟੇਪ ਖਰਾਬ ਕਰ ਲਈ ਅਤੇ ਹੁਣ ਆਹ ਦੇਖੋ ਤੁਸੀਂ ਇੱਥੋਂ ਲੱਗੋ ਹੁਣ ਸੈਂਟਰ ਹੋ ਕੇ ਬਸ ਰੱਖ ਦਿਓ ਜੀ ਰੱਖ ਦਿਓ ਲਓ ਜੀ ਹੋ ਗਈ ਫਿੱਟ ਆਪਣੀ ਦੇਖੋ ਤੁਸੀਂ ਇੱਧਰ ਥੋੜ੍ਹੀ ਉੱਠ ਰਹੀ ਆ ਇਹ ਆਪਾਂ ਸਮਾਰ ਕੇ ਹੁਣ ਦੱਬ ਦਿੰਦੇ ਹਾਂ ਇੱਕ ਵਾਰ ਫਿਰ ਨਹੀਂ ਉੱਠਦੀ ਹੈਗੀ ਆਹੋ ਇੱਧਰ ਹੁਣ ਆਹ ਕਲੈਂਪ ਜਿਹਾ ਆਪਣਾ ਇਹ ਤਾਰ ਕਿੱਥੇ ਇਕੱਠੀ ਕਰੀਏ ਯਾਰ ਇੱਥੇ ਜੇ ਇਕੱਠੀ ਕਰ ਦਿੰਦੇ ਹਾਂ ਘਰੋ ਹੀ ਚੈੱਕ ਹੋ ਅੱਖਾਂ 'ਚ ਪੈਂਦੀ ਆ ਮੁੰਡਾ ਕਹਿੰਦਾ ਕਿੰਨੀ ਕੁ ਅੱਖਾਂ 'ਚ ਪੈਂਦੀ ਆ ਬਾਈ ਖਾਸੀ ਪੈਂਦੀ ਆ ਉਹ ਕਹਿੰਦੇ ਇਹਦੇ 'ਚ ਮੋੜ ਵੀ ਚੇਂਜ ਹੁੰਦੇ ਆ ਇੱਥੋਂ ਬਟਨ ਜਿਹਾ ਦੇਖੋ ਤੁਸੀਂ ਆਹ ਦੇਖੋ ਚਲਾਏਂਗੀ ਚੇਂਜ ਕਰੀ ਬਾਈ ਦੇਖੋ ਇੱਥੋਂ ਚੇਂਜ ਹੋਈ ਜਾਂਦੇ ਆ ਆਹ ਦੇਖੋ ਸਰਾ ਮੈਂ ਕਿਹਾ ਉੱਪਰ ਕਰ ਦਿੰਦੇ ਅੱਖਾਂ 'ਚ ਨਹੀਂ ਪਾਉਂਦੇ ਆਹੋ ਉੱਪਰ ਕਰ ਦਿੰਦੇ ਇਹਨੂੰ ਇਹ ਮੋੜ ਕੇ ਆਪਦੇ ਵੱਲ ਨੂੰ ਕਰ ਲੈ ਚੋਕ ਲੈ ਲਓ ਜੀ ਲਾਈਟ ਤਾਂ ਆਪਣੀ ਫਿੱਟ ਹੋ ਗਈ ਅਤੇ ਬਾਕੀ ਦੇਖੋ ਤੁਸੀਂ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਅਤੇ ਘਰੇ ਆ ਕੇ ਮਿਲਦੇ ਹਾਂ ਅਤੇ ਬਾਕੀ ਦੇਖ ਲਓ ਜੀ ਆਲੇ ਦੁਆਲੇ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਨੇਗੀਆਂ ਆਪਾਂ ਹੀ ਖੜੇ ਹਾਂ ਉਰੇ ਦੇਖੋ ਤੁਸੀਂ ਹੁਣ ਬਾਈ ਚੱਲੇ ਅਤੇ ਓਕੇ ਬਾਏ ਹੁਣ ਆਪਾਂ ਵੀ ਚੱਲਦੇ ਹਾਂਗੇ ਇੱਧਰਲਾ ਗੇਰ ਪਾਉਣਾ ਰਹਿ ਗਿਆ ਸੀ ਓਕੇ ਮੁੜ ਗਿਆ ਮੁੜ ਗਿਆ ਮੁੜ ਗਿਆ ਹਾਂ ਮੈਂ ਘਰੇ ਪਹੁੰਚ ਗਿਆ ਸੀਗਾ ਜੀ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਕੋਰਪੀਓ ਵੀ ਆਪਣੀ ਆ ਚੁੱਕੀ ਹੈਗੀ ਅਤੇ ਮੈਂ ਲੇਟ ਹੋ ਗਿਆ ਅੱਜ ਮੈਨੂੰ 8:30 ਹੋਣ ਵਾਲੇ ਆ ਥੋੜ੍ਹਾ ਜਿਹਾ ਜ਼ਿਆਦਾ ਲੇਟ ਹੋ ਗਿਆ ਮੈਂ ਅਤੇ ਬਾਕੀ ਆਹ ਕਰ ਕੀ ਗੱਲ ਪਾਰਕਿੰਗ ਵਾਲੀਆਂ ਲਾਈਟਾਂ ਚੱਲਦੀਆਂ ਨਹੀਂ ਆ ਪਾਰਕਿੰਗ ਲਾਉਣਾ ਭੁੱਲ ਗਿਆ ਮੈਂ ਚਲੋ ਕੋਈ ਨਾ ਚਲੋ ਹੁਣ ਟਰੈਕਟਰ ਕਰਦੇ ਹਾਂ ਆਪਾਂ ਅੰਦਰ ਨਾ ਪ੍ਰਧਾਨ ਐ ਨਾ ਕਰ ਤੂੰ ਵਾਪਸ ਕਿਵੇਂ ਮਿੜਿਆ ਆ
ਸ਼ਟਰ ਚੱਕਣਾ ਪਊ ਯਾਰ, ਸ਼ਟਰ ਪਤਾ ਨਹੀਂ ਕਿਹਨੇ ਸੁੱਟਤਾ, ਜ਼ੋਰ ਲਵਾਉਣਗੇ। ਨਾ ਨਾ ਰੁੜਨਾ ਰੁੜਨਾ ਰੁੜਨਾ, ਨਾ ਨਾ ਐਂ ਨਾ ਕਰ। ਚਲੋ ਹੁਣ ਗੇਟ ਲਾ ਦਈਏ ਪਹਿਲਾਂ, ਫਿਰ ਸ਼ਟਰ ਚੱਕਾਂਗੇ। ਹੁਣ ਆਹ ਵੀ ਪਤੰਦਰ ਜ਼ੋਰ ਲਵਾਊਗਾ। ਚਲੋ ਜੀ, ਕਰਨਾ ਪੈਣਾ ਕਿਉਂਕਿ ਟਰੈਕਟਰ ਕਰਨਾ ਅੰਦਰ ਆਪਾਂ। ਪਤਾ ਨਹੀਂ ਯਾਰ ਕਿਹਨੇ ਸੁੱਟਤਾ, ਮੈਂ ਤਾਂ ਚੱਕਿਆ ਹੋਇਆ ਸੀਗਾ ਇਹ। ਕਾਫੀ ਮਿਹਨਤ ਤੋਂ ਬਾਅਦ ਸ਼ਟਰ ਚੱਕਿਆ ਗਿਆ। ਹੁਣ ਕਰਦੇ ਹਾਂ ਆਪਣੇ ਚੋਬਰ ਨੂੰ ਅੰਦਰ। ਆਹ ਦੇਖੋ ਕਰਦੀ ਏ, ਦੇਖੋ ਤੁਸੀਂ ਆ ਕਿੰਨੀ ਉੱਤੇ ਪੈਂਦੀ ਆ, ਖੜ੍ਹ ਜਾਓ। ਆਹ ਦੇਖੋ ਸਰਾਜੀ ਜਾਪੂ, ਮੈਂ ਇਹਨੂੰ ਇੱਥੇ ਤਾਂ ਕੀਤਾ ਕਿਉਂਕਿ ਇਹ ਨਹੀਂ ਫਿਰ ਮੂਹਰੇ ਅੱਖਾਂ 'ਚ ਪੈਂਦੀ ਆ। ਆਓ ਜੀ ਫਾਈਨਲੀ ਆਪਾਂ ਜਾਣੀ ਕਿ ਅੰਦਰ ਲਾਤਾ ਟਰੈਕਟਰ, ਅਤੇ ਸਾਰਾ ਕੁਝ ਬੰਦ ਕਰਾਂਗੇ। ਪਹਿਲਾਂ ਚਾਬੀ ਕੱਟਾਂਗੇ, ਫਿਰ ਆਹ ਬੰਦ ਕਰਾਂਗੇ, ਫਿਰ ਆਹ ਜਿਹੜੀ ਆ PCR ਸੀਗੀ ਉਹ ਬੰਦ ਕਰਾਂਗੇ, ਫਿਰ ਇੱਥੋਂ ਆ ਸਾਰੀਆਂ ਸੁੱਚਾਂ ਬੰਦ ਕਰਾਂਗੇ। ਦੇਖੋ 1, 2, 3, 4 ਅਤੇ ਉੱਪਰ ਵੀ ਸੁੱਚਾਂ ਨੇ, 1, 2, 3। ਚੌਥੀ ਸੁੱਚ ਮੈਂ ਚਲਾਈ ਨਹੀਂ ਸੀ, ਚੌਥੀ ਸੁੱਚ ਤੋਂ ਆਹ ਬਲਿੰਕ ਕਰਨ ਲੱਗ ਜਾਂਦੀਆਂ ਨੇ। ਅਤੇ ਚਾਬੀ ਕੱਢ ਲਈ, ਹੋਰ ਤਾਂ ਨਹੀਂ ਕੁਛ ਰਿਹਾ। ਕਈ ਵਾਰ ਇੱਕ ਅੱਧੀ ਲਾਈਟ ਰਹਿ ਜਾਂਦੀ ਹੈਗੀ, ਇੱਕ ਦਿਨ ਮੈਂ ਪਿਛਲੀ ਲਾਈਟ ਭੁੱਲ ਗਿਆ ਸੀਗਾ, ਇਹਦੀ ਸੁੱਚ ਵੀ ਪਿੱਛੀ ਹੈਗੀ, ਇਹ ਸਾਰੀ ਰਾਤ ਚੱਲਦੀ ਰਹਿ ਗਈ ਸੀਗੀ। ਅਤੇ ਬਾਕੀ ਚੱਲਦੇ ਹਾਂ ਹੁਣ, ਬਸ ਆਪਾਂ ਹੋਰ ਤਾਂ ਕੀ ਕਰਨਾ ਗਾ। ਅਤੇ ਸਟੀਕਰ ਦੱਸੋ ਯਾਰ ਕਿੱਦਾਂ ਲਾ ਦਿਆ, ਕਮੈਂਟ ਕਰਕੇ ਸੋਹਣੇ ਲਾ ਦਿਆ, ਮੈਨੂੰ ਤਾਂ ਬਹੁਤ ਵਧੀਆ ਲੱਗੇ। ਅਤੇ ਕਰੋ ਚੈੱਕ, ਬਲੈਕ ਜਿਹਾ ਹੋ ਗਿਆ। ਅਤੇ ਬਾਕੀ ਹੁਣ ਚਾਬੀ ਅੰਦਰ ਟਾਂਕੇ, ਅਤੇ ਆਪਾਂ ਜਾਣੀ ਕਿ ਉੱਧਰ ਦੁਕਾਨ 'ਤੇ ਜਾ ਕੇ ਆਉਂਦੇ ਹਾਂ। ਚਾਚਾ ਅਤੇ ਮੇਰਾ ਦੂਜਾ ਚਾਚਾ ਕੈਨੇਡਾ ਵਾਲਾ ਚਾਚਾ, ਦੋਨੇ ਜਾਣੇ ਉੱਥੇ ਹੀ ਬੈਠੇ ਸੀਗੇ, ਅਤੇ ਮੈਂ ਕਿਹਾ ਚਲੋ ਜਾਇਆ ਉਹਨਾਂ ਨਾਲ, ਵੀ ਦੇਖਦੇ ਹਾਂ ਕੀ ਕਰਦੇ ਆ ਚੱਲ ਕੇ। ਆਹ ਦੇਖੋ ਤੁਸੀਂ ਹੁਣ ਸਾਰੇ ਜਾਣੇ ਆਪਾਂ ਘਰ ਨੂੰ ਚੱਲੇ ਵਾਪਸ। ਅਤੇ ਗਾਇਜ਼ ਤੁਸੀਂ ਦੇਖ ਸਕਦੇ ਹੋ ਉਹ ਖੜੀ ਆਪਣੀ ਸਕੋਰਪੀਓ ਦੇ ਉੱਧਰ i20, ਡੈਡੀ ਹੁਣੀ ਆ ਚੁੱਕੇ ਨੇ ਘਰੇ। ਅਤੇ ਬਾਕੀ ਹੁਣ ਚਲੋ ਰੋਟੀ ਖਾਂਦੇ ਹਾਂਗੇ, ਅਤੇ ਇੱਥੇ ਬਹਿ ਕੇ ਸਾਰੇ ਜਾਣੇ ਰੋਟੀ ਖਾਂਦੇ ਹੁੰਦੇ ਹਾਂਗੇ, ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ। ਅਤੇ ਗਾਇਜ਼ ਇਸ ਵਲੋਗ ਨੂੰ ਆਪਾਂ ਹੋਰੀ ਖਤਮ ਕਰਦੇ ਹਾਂ, ਮੀਨਾ ਤੁਹਾਨੂੰ ਵਲੋਗ ਪਸੰਦ ਆਇਆ ਹੋਣਾਗਾ। ਅਤੇ ਮੈਂ ਆਪਦਾ ਫੇਸ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਮੈਂ ਇਹ ਵਲੋਗ ਸੁਬਹਾ ਦੇ 4:30 ਐਡਿਟ ਕਰ ਰਹੇ ਹਾਂਗਾ, ਅਤੇ ਹੁਣ ਮੈਂ ਵਲੋਗ ਦੀ ਐਂਡਿੰਗ ਸ਼ੂਟ ਕਰ ਰਿਹਾ। ਬਾਕੀ ਯਾਰ ਜਾਣ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਵੀਡੀਓ ਨੂੰ, ਅਤੇ ਕਮੈਂਟ ਡਾਊਨ ਪਲੀਜ਼। ਅਤੇ ਬਾਕੀ ਓਕੇ ਬਾਏ।